ਨਾਬਾਲਗ ਬੱਚੇ ਦੀ ਅਜ਼ਾਨ ਦਾ ਮਸਲਾ, ਇਹ ਵੀ ਬੜਾ ਜ਼ਰੂਰੀ ਔਰ ਅਹਿਮ ਮਸਲਾ ਜੇ। ਇਹ ਜਿਹੜੇ ਮੈਂ ਅੱਧਾ ਘੰਟਾ ਪਹਿਲਾਂ ਤੁਹਾਡੇ ਸਾਹਮਣੇ ਮਸਲੇ ਬਿਆਨ ਕਰਨਾ ਨਾ, ਇਹ ਬੜੇ ਜ਼ਰੂਰੀ ਹੁੰਦੇ ਨੇ। ਇਹ ਮੈਂ ਆਪਣੀ ਕਬਰ ਵੀ ਸਾਫ਼ ਕਰਨੀ ਹੈ ਨਾ ਜੀ, ਮੈਂ ਵੀ ਤਾਂ ਤੁਹਾਨੂੰ ਕੁਝ ਦੇਣਾ, ਮੈਨੂੰ ਵੀ ਤਾਂ ਪੁੱਛਿਆ ਜਾਣਾ ਵੀ ਤੂੰ ਜੁੰਮੇ ਵਾਲੇ ਦਿਨ ਬੰਦਿਆਂ ਨੂੰ ਕੀ ਦਿੱਤਾ, ਬੰਦਿਆਂ ਤੇਰੇ ਜੁੰਮੇ ਦੇ ਦਿਨ ਕੀ ਸਿੱਖ ਕੇ ਗਏ, ਕੋਈ ਮਸਲਾ ਸਿੱਖਿਆ, ਕਿਸੇ ਨੂੰ ਕੋਈ ਸਮਝ ਆਈ ਕਿਸੇ ਗੱਲ ਦੀ, ਇਹ ਮੈਨੂੰ ਵੀ ਪੁੱਛ ਹੋਣੀ ਹੈ, ਤੁਹਾਨੂੰ ਵੀ ਅਤੇ ਮੈਨੂੰ ਵੀ ਪੁੱਛ ਹੋਣੀ, ਐਡਾ ਕੀਮਤੀ ਵਕਤ ਤੁਸੀਂ ਕੱਢ ਕੇ ਆਇਓ। ਨਾਬਾਲਗ ਬੱਚੇ ਦੀ ਅਜ਼ਾਨ ਦਾ ਮਸਲਾ ਜੇ, ਕਿ ਨਾਬਾਲਗ ਬੱਚਾ ਅਜ਼ਾਨ ਦੇ ਸਕਦਾ ਕਿ ਨਹੀਂ ਦੇ ਸਕਦਾ, ਅਗਲੇ ਦਿਨ ਵੀ ਇਹ ਮਸਲਾ ਪੇਸ਼ ਆਇਆ। ਨਾਬਾਲਗ ਬੱਚਾ, ਇੱਕ ਉਹ ਨਾਬਾਲਗ ਬੱਚਾ ਹੁੰਦਾ ਕਿ ਜਿਹਨੂੰ ਸਮਝ ਨਹੀਂ ਆਉਂਦੀ, ਜਿਹਨੂੰ ਸਮਝ, ਮਸਲਨ 6-7 ਸਾਲ ਦਾ, 8 ਸਾਲ ਦਾ ਛੋਟਾ ਜਿਹਾ ਬੱਚਾ ਹੁੰਦਾ ਨਾ, ਉਹਨੂੰ ਸਮਝ ਨਹੀਂ ਆਉਂਦੀ, ਉਹ ਵੀ ਹੁੰਦਾ ਨਾਬਾਲਗ ਹੈ। ਕੁਝ ਐਸੇ ਬੱਚੇ ਹੁੰਦੇ ਨੇ ਜਿਹੜੇ ਹੁੰਦੇ ਨਾਬਾਲਗ ਨੇ ਪਰ ਹੁੰਦੇ ਸਮਝਦਾਰ ਨੇ, ਹੁੰਦੇ ਕੀ ਨੇ, ਇਹ ਤੁਸੀਂ ਵੇਖ ਲਓ, ਬੱਚੇ ਦੀ 12-13 ਸਾਲ ਉਮਰ ਹੈ, ਨਾਬਾਲਗ ਹੈ, ਬਾਲਗ ਨਹੀਂ ਹੋਇਆ, ਲੇਕਿਨ ਉਹਨੂੰ ਅਜ਼ਾਨ ਵੀ ਸਹੀ ਆਉਂਦੀ ਹੈ, ਉਹਨੂੰ ਕਲਮੇ ਵੀ ਆਉਂਦੇ ਨੇ, ਉਹਨੂੰ ਨਮਾਜ਼ ਵੀ ਆਉਂਦੀ। ਕੁਝ ਬੱਚੇ ਐਸੇ ਹੁੰਦੇ ਨੇ ਜਿਹੜੇ ਸਮਝਦਾਰ ਬੱਚੇ ਹੁੰਦੇ ਨੇ, ਸ਼ਰੀਅਤ ਕਹਿੰਦੀ ਹੈ ਬੱਚਾ ਨਾਬਾਲਗ ਹੋਵੇ ਪਰ ਹੋਵੇ ਸਮਝਦਾਰ, ਕੀ ਹੋਵੇ, ਫਿਰ ਬੋਲੋ ਕੀ ਹੋਵੇ, ਸਮਝਦਾਰ ਬੱਚਾ ਹੋਵੇ, ਉਹਦਾ ਸੈਂਸ ਕੰਮ ਕਰਦਾ ਹੋਵੇ, ਉਹਦਾ ਦਿਮਾਗ ਕੰਮ ਕਰਦਾ ਹੋਵੇ ਕਿ ਮੈਂ ਅਜ਼ਾਨ ਪਿਆ ਦੇਣਾ, ਅਤੇ ਅਜ਼ਾਨ ਪੜ੍ਹਦਾ ਵੀ ਸਹੀ ਹੋਵੇ, ਸਹੀ ਤਲਫਜ਼ ਵੀ ਹੋਵੇ, ਅਜ਼ਾਨ ਵੀ ਠੀਕ ਆਉਂਦੀ ਹੋਵੇ, ਅਗਰ ਸਮਝਦਾਰੀ ਨਾਲ ਬੱਚਾ ਅਜ਼ਾਨ ਦੇਵੇ, ਉਹਦੀ ਅਜ਼ਾਨ ਨੂੰ ਅਜ਼ਾਨ ਸਮਝਿਆ ਜਾਏ, ਮਜ਼ਾਕ ਨਾ ਸਮਝਿਆ ਜਾਏ। ਕਈ ਵਾਰੀ ਐਵੇਂ ਛੋਟੇ ਬੱਚੇ ਆ ਕੇ ਸਪੀਕਰ ਲਾ ਕੇ ਤੁਹਾਨੂੰ ਪਤਾ ਐਵੇਂ ਸ਼ੁਰੂ ਹੋ ਜਾਂਦੇ ਨੇ, ਉਹਨਾਂ ਦੀ ਅਜ਼ਾਨ ਨਹੀਂ ਆਉਂਦੀ। ਨਾਬਾਲਗ ਬੱਚਾ ਸਮਝਦਾਰ ਹੋਵੇ, ਥੋੜ੍ਹੀ ਅਕਲ ਰੱਖਦਾ ਹੋਵੇ, ਅਜ਼ਾਨ ਸਹੀ ਤਰੀਕੇ ਨਾਲ ਦਿੰਦਾ ਹੋਵੇ, ਪੜ੍ਹਦਾ ਹੋਵੇ, ਉਹਦੀ ਅਜ਼ਾਨ ਨੂੰ ਅਜ਼ਾਨ ਸਮਝਿਆ ਜਾਂਦਾ ਹੋਵੇ, ਉਹ ਬੱਚਾ ਅਜ਼ਾਨ ਦੇ ਸਕਦਾ, ਉਹ ਬੱਚਾ ਅਜ਼ਾਨ ਦੇ ਸਕਦਾ। ਅਤੇ ਜਿਹੜਾ ਬੱਚਾ ਨਾ ਸਮਝ ਹੋਵੇ, ਮਸਲ ਬਹੁਤਾ ਹੀ ਛੋਟਾ ਹੈ ਤਾਂ ਉਹ ਵੀ ਨਾਬਾਲਗ ਹੈ, ਉਹ ਅਜ਼ਾਨ ਨਹੀਂ ਦੇਗਾ, ਉਹਦੀ ਅਜ਼ਾਨ ਵੀ ਨਹੀਂ ਹੋਏਗੀ, ਦੁਬਾਰਾ ਅਜ਼ਾਨ ਪੜ੍ਹੀ ਜਾਏਗੀ। ਅਗਰ ਕਿਸੇ ਬੰਦੇ ਬੱਚੇ ਛੋਟੇ ਜਿਹੇ ਨੇ ਉੱਠ ਕੇ ਇੱਥੇ ਅਜ਼ਾਨ ਪੜ੍ਹ ਛੜੀਏ, ਅਜ਼ਾਨ ਵੀ ਗਲਤ ਪੜ੍ਹੀ ਹੈ, ਸਹੀ ਨਹੀਂ ਪੜ੍ਹੀ, ਉਹਨੂੰ ਇੰਨੀ ਸਮਝ ਵੀ ਨਹੀਂ, ਦੁਬਾਰਾ ਬੰਦਾ ਆ ਕੇ ਅਜ਼ਾਨ ਦੁਹਰਾਏਗਾ, ਅਜ਼ਾਨ ਪੜ੍ਹੇਗਾ ਤਾਂ ਫਿਰ ਅਜ਼ਾਨ ਹੋਏਗੀ। ਨਾਬਾਲਗ ਨਾ ਸਮਝ ਬੱਚੇ ਦੀ ਅਜ਼ਾਨ ਨਹੀਂ ਆਉਂਦੀ, ਅਤੇ ਜਿਹੜਾ ਸਮਝਦਾਰ ਹੋਵੇ ਉਹਨੂੰ ਅਜ਼ਾਨ ਦੇਣੀ ਚਾਹੀਦੀ, ਬੱਚਿਆਂ ਨੂੰ ਤਰਕੀਬ ਦੇਣੀ ਚਾਹੀਦੀ ਹੈ, ਬੱਚਾ ਸਮਝਦਾਰ ਉਹਨੂੰ ਕਹਿ ਪੁੱਤਰ ਦੇ ਅਜ਼ਾਨ, ਸਮਝਦਾਰ ਹੋਵੇ, ਬਾਦਸ਼ਾਹੂਰ ਹੋਵੇ, ਅੱਜ ਉਹਨਾਂ ਨੂੰ ਤਰਕੀਬ ਦੇਵਾਂਗੇ, ਅੱਜ ਉਹਨਾਂ ਨੂੰ ਸਮਝਾਵਾਂਗੇ ਅਤੇ ਕੱਲ੍ਹ ਨੂੰ ਕੋਈ ਪੜ੍ਹੇਗਾ, ਅਤੇ ਜੇ ਅੱਜ ਕਿਸੇ ਅਜ਼ਾਨ ਦਿੱਤੀ ਤਾਂ ਬਾਬਿਆਂ ਦੋ ਚਪੇੜਾਂ ਮਾਰੀਆਂ, ਨਿਕਲੋ ਬਾਹਰ, ਤੇਰੀ ਐਸੀ ਦੀ ਤੈਸੀ, ਤੂੰ ਅਜ਼ਾਨ ਪਿਆ ਦੇਣਾ, ਅਸੀਂ ਮਰ ਗਏ ਹਾਂ, ਤੂੰ ਤੁਰੀ ਕੀ ਜ਼ਰੂਰਤ ਹੈ ਅਜ਼ਾਨ ਦੇਵੇਂ, ਹੈ ਤਾਂ ਫਿਰ ਕਿਸੇ ਆਉਣਾ ਅਗਲੇ ਦਿਨ, ਉਹਨੇ ਤਾਂ ਦੋ ਦਿਨ ਮਸੀਤੇ ਹੀ ਨਹੀਂ ਵੜਨਾ, ਉਹਨੇ ਕਿਹਾ ਅੱਬਾ ਜੀ ਉੱਥੇ ਤਾਂ ਮਾਰਦੇ ਨੇ ਅਜ਼ਾਨ ਦਈਏ, ਤਾਂ ਇਹ ਸਾਡੀ ਤਰਬੀਅਤ 'ਚ ਫਰਕ ਹੈ, ਮਸਜਿਦਾਂ ਅੰਦਰ ਵੀ ਤਰਬੀਜਤਾਂ ਕੋਈ ਨਹੀਂ, ਮਸਜਿਦਾਂ ਅੰਦਰ ਵੀ ਲੜਾਈਆਂ ਝਗੜੇ ਨੇ, ਮਸਜਿਦਾਂ ਅੰਦਰ ਵੀ ਬੁਗਜ਼ ਕੀਨੇ ਨੇ, ਜਿਹਦੇ ਪਿੱਛੇ ਨਮਾਜ਼ ਪੜ੍ਹਦੇ ਨੇ ਉਹਦਾ ਹੀ ਬੁਗਜ਼ ਲੈ ਕੇ ਬੈਠੇ ਨੇ, ਕਿਹੜੀਆਂ ਬੰਦਾ ਗੱਲਾਂ ਕਰਿਆ। ਇਸ ਵਾਸਤੇ ਨਾਬਾਲਗ ਬੱਚਾ ਅਗਰ ਸਮਝਦਾਰ ਹੈ ਤਾਂ ਅਜ਼ਾਨ ਦੇ ਸਕਦਾ, ਅਗਰ ਸਮਝਦਾਰ ਨਹੀਂ ਤਾਂ ਅਜ਼ਾਨ ਨਾ ਦੇਵੇ। ਔਰ ਆਖਰੀ ਔਰ ਬੜੀ ਜ਼ਰੂਰੀ ਔਰ